नमस्कार। अज असी गल करांगे अल्ट्रासाउंड दे विच जिवें लिवर दे विच प्रॉब्लम हुंदी है। ये साडे डॉक्टर साहब ने डॉक्टर परमिंदर जी, तो डॉक्टर परमिंदर सर रेडियोलॉजिस्ट हैं। बेसिकली जिवें एक फाइब्रोस्कैन हुंदा, एक इलास्टोग्राफी हुंदी, जिवें आपां इहदे विच कोई की डिफरेंस है, मतलब कि सेम ही हुंदा सर? सर सत श्री अकाल। सर फाइब्रोस्कैन नाले इलास्टो दोने अलग अलग चीज़ा ने। जो फाइब्रोस्कैन है गया उदी मशीन ही अलग हुंदी है, ठीक है सर। उन्होंने प्रोसीजर करना हुंदा है देख के। जिहड़ी इलास्टो है एक अल्ट्रासाउंड मशीन के उपर हुंदा है, ठीक है, जिहड़ा स्पैशल सॉफ्टवेयर आंदा है। ठीक है सर। उहदे विच लिवर दे विच आपां लिखदे लिवर एनलार्ज, लिवर एनलार्ज फस्ट डिग्री, सैकेंड डिग्री, थर्ड डिग्री लिखिया हुंदा नाल कई वारी अल्ट्रासाउंड दे विच। ਉਹ ਇੱਕ ਜਸਟੀਫਿਕੇਸ਼ਨ ਨਹੀਂ ਹੁੰਦੀ ਵੀ ਮਰੀਜ਼ ਦੇ ਕਿੰਨੀ ਕੁ ਪ੍ਰੋਬਲਮ ਹੈ। ਕਈ ਵਾਰੀ ਉਹ ਮਰੀਜ਼ ਦਾ ਫਿਰ ਬਾਅਦ 'ਚ ਲਿਵਰ ਖਰਾਬ ਹੋ ਜਾਂਦਾ, ਮਤਲਬ ਕਿ ਲਿਵਰ ਸਰੋਸਿਸ ਹੋ ਜਾਂਦਾ, ਉਦੋਂ ਸਾਨੂੰ ਪਤਾ ਲੱਗਦਾ ਵੀ ਸਾਡਾ ਲਿਵਰ ਖਰਾਬ ਹੋ ਗਿਆ। ਨਹੀਂ ਕਿ ਉਹ ਗੋਲੀਆਂ ਖਾਈ ਜਾਂਦਾ ਜਾਂ ਸ਼ਰਾਬ ਪੀਂਦਾ ਹੁੰਦਾ ਜਾਂ ਕੋਈ ਕਈ ਵਾਰੀ ਫਾਸਟ ਫੂਡ ਖਾਂਦਾ ਜਾਂ ਕਈ ਵਾਰੀ ਕੁਦਰਤੀ ਵੀ ਕਈ ਵਾਰੀ ਡਿਜ਼ੀਜ਼ ਹੋ ਜਾਂਦੀ ਹੈ ਕਿਸੇ ਨੂੰ ਮਾੜੀ ਹੋਵੇ ਪੇਸ਼ੈਂਟ ਦੀ ਵਿਚਾਰੇ ਦੀ, ਅਤੇ ਉਹਦੇ ਨਾਲ ਜਿਵੇਂ ਕਿਸੇ ਦੇ ਸੈੱਲ ਘੱਟਦੇ ਕੰਟੀਨਿਊ ਘਟੇ ਰਹਿੰਦੇ, ਜਿਵੇਂ ਕਿਸੇ ਦਾ ਕੋਈ ਲਿਵਰ 'ਚ ਪੇਟ ਪਾਣੀ ਭਰਦਾ, ਉਹ ਜਦੋਂ ਡਿਜ਼ੀਜ਼ ਹੁੰਦੀ ਹੈ ਕਈ ਵਾਰੀ ਆਪਾਂ ਉਹਨੂੰ ਲਿਵਰ ਅਲਟਰਾਸਾਊਂਡ ਸਿੰਪਲ ਕਰਾ ਲੈਂਦੇ। ਇਹ ਜਿਹੜੀ ਜਿਸ ਗੱਲ 'ਤੇ ਆਪਾਂ ਗੱਲ ਕਰ ਰਹੇ ਹਾਂ ਇਹ ਬੇਸਿਕਲੀ ਉਹ ਗੱਲ ਹੈ ਜਿਹਦੇ ਵਿੱਚ ਆਪਾਂ ਨੂੰ ਐਡਵਾਂਸ 2 ਸਾਲ, 5 ਸਾਲ, 10 ਸਾਲ ਪਹਿਲੇ ਪਤਾ ਲੱਗ ਜਾਂਦਾ ਵੀ ਆਪਣਾ ਲਿਵਰ ਆਉਣ ਵਾਲੇ ਟਾਈਮ 'ਚ ਖਰਾਬ ਹੋ ਸਕਦਾ, ਅਤੇ ਆਪਾਂ ਨੂੰ ਕਿਹਨਾਂ ਕਿਹਨਾਂ ਚੀਜ਼ਾਂ ਧਿਆਨ ਰੱਖਣਾ ਚਾਹੀਦਾ ਅਤੇ ਦਵਾਈ ਦੀ ਕਿੰਨੀ ਕੁ ਜ਼ਰੂਰਤ ਹੈ। ਇਹ ਫਾਈਬਰੋਸਕੈਨ ਜਾਂ ਇਲਾਸਟੋਗ੍ਰਾਫੀ ਇਹ ਉਸ ਚੀਜ਼ ਵਾਸਤੇ ਜਾਣਿਆ ਜਾਂਦਾ ਜਿਹਦੇ ਬਾਰੇ ਆਪਾਂ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਅਤੇ ਸਰ ਇਲਾਸਟੋ ਦਾ ਇਹ ਦੇਖਿਆ ਜਾਂਦਾ ਕਿ ਕਿੰਨੀ ਲਚਕ ਹੈਗੀ ਹੈ ਇਹਦੇ ਵਿੱਚ, ਠੀਕ ਹੈ। ਅਸੀਂ ਸ਼ੇਅਰ ਪ੍ਰੈਸ਼ਰ ਵੇਵ ਉਹਨੂੰ ਪਾਉਂਦੇ ਹਾਂ ਅਤੇ ਉਹਦੇ ਉੱਪਰ ਪ੍ਰੈਸ਼ਰ ਪਾ ਕੇ ਦੇਖਦੇ ਹਾਂ ਵੀ ਕਿੰਨੀ ਲਚਕ ਹੈਗੀ ਹੈ, ਕਿੰਨਾ ਵਾਪਸ ਆਉਂਦਾ ਹੈ। ਅਤੇ ਹੁਣ ਜੋ ਆਪਣੇ ਕੋਲ ਮਸ਼ੀਨ ਹੈਗੀ ਆ, ਐਡਵਾਂਸਡ ਮਸ਼ੀਨਸ ਹੈਗੀਆਂ ਅਤੇ ਨਵੀਂ ਟੈਕਨੋਲੋਜੀ ਦੇ ਨਾਲ ਆਈ ਆ ਇਲਾਸਟੋ ਦੀ, ਉਹਦੇ ਵਿੱਚ ਆਪਾਂ ਇੱਕ ਵੈਲਿਊ ਦਿੰਦੇ ਹਾਂ। ਆਪਾਂ 10 ਜਗ੍ਹਾ 'ਤੇ ਸੈਂਪਲ ਲੈ ਕੇ, ਅਲਟਰਾਸਾਊਂਡ ਗਾਈਡਡ 10 ਜਗ੍ਹਾ 'ਤੇ ਸੈਂਪਲ ਲੈ ਕੇ ਉਹਦੀ ਇੱਕ ਕੋਮਨ ਵੈਲਿਊ ਬਣਾਉਂਦੇ ਹਾਂ, ਐਵਰੇਜ ਵੈਲਿਊ। ਅਤੇ ਉਸ ਵੈਲਿਊ ਦੇ ਬੇਸ 'ਤੇ ਅਸੀਂ ਇਹ ਦੇਖਦੇ ਹਾਂ ਵੀ ਇਸ ਬੰਦੇ ਨੂੰ ਅੱਗੇ ਜਾ ਕੇ ਫਾਈਬਰੋਸਿਸ ਹੋਣ ਦਾ ਕਿੰਨਾ ਕੁ ਰਿਸਕ ਹੈਗਾ, ਖਤਰਾ। ਹਾਂਜੀ। ਅਤੇ ਪਹਿਲਾਂ ਅਲਟਰਾਸਾਊਂਡ ਵਿੱਚ ਆਪਾਂ ਲਿਖ ਦਿੰਦੇ ਹਾਂ ਗ੍ਰੇਡ 1 ਫੈਟੀ ਜਾਂ ਗ੍ਰੇਡ 2 ਫੈਟੀ ਜਾਂ ਗ੍ਰੇਡ 3 ਫੈਟੀ। ਥੋੜ੍ਹਾ ਇਹਦੇ ਵਿੱਚ ਜੋ ਅਲਟਰਾਸਾਊਂਡ ਕਰਨ ਵਾਲੇ ਰੇਡੀਓਲੋਜਿਸਟ ਵੀ ਹੈਗੇ ਆ, ਉਹਦਾ ਇੱਕ ਆਪਣਾ ਨਜ਼ਰੀਆ ਵੀ ਹੁੰਦਾ ਹੈ ਦੇਖਣ ਦਾ, ਐਕਸਪੀਰੀਅੰਸ ਦੇ ਬੇਸ 'ਤੇ ਵੀ ਅਸੀਂ ਲਿਖਦੇ ਹਾਂ ਕਿ ਕੁਝ ਕੁਆਂਟੀਫਿਕੇਸ਼ਨ ਹੋ ਜਾਂਦੀ ਹੈ। ਠੀਕ ਹੈ। ਲਗਭਗ ਸਾਰੇ ਸਹੀ ਲਿਖਦੇ ਆ, ਬਟ ਥੋੜ੍ਹਾ ਅੱਗੇ ਪਿੱਛੇ ਵੀ ਹੁੰਦਾ ਹੈ, ਪਰ ਇਲਾਸਟੋ ਵਿੱਚ ਇੱਕ ਵੈਲਿਊ ਆ ਜਾਂਦੀ ਹੈ ਸਾਨੂੰ ਫਿਕਸ। ਠੀਕ ਹੈ ਸਰ। ਅਤੇ ਉਹ ਵੈਲਿਊ ਦੇ ਬੇਸ 'ਤੇ ਆਪਾਂ ਗ੍ਰੇਡ ਕਰ ਸਕਦੇ ਹਾਂ ਅਤੇ ਮਰੀਜ਼ ਨੂੰ ਵੀ ਦੱਸ ਸਕਦੇ ਹਾਂ ਵੀ ਕਿੰਨੀ ਵੈਲਿਊ ਹੈਗੀ ਹੈ, ਤੁਸੀਂ ਕਿਆ ਪਰਹੇਜ਼ ਕਰਨੇ ਆ ਅੱਗੇ ਜਾ ਕੇ, ਅਤੇ ਤੁਹਾਡਾ ਕਿੰਨਾ ਚਾਂਸਿਸ ਹੈ ਫਾਈਬਰੋਸਿਸ ਵਿੱਚ ਜਾਣ ਦਾ। ਪਹਿਲੇ ਹੀ ਜੋ ਉਪਰਾਲੇ ਕਰਨੇ ਆ ਤੁਸੀਂ ਪਹਿਲੇ ਹੀ ਕਰ ਸਕਦੇ ਹੋ। ਠੀਕ। ਦਵਾਈ ਦੇਣੀ ਹੈ ਜਾਂ ਉਹਨਾਂ ਨੂੰ ਖਾਣੇ ਪੀਣੇ ਦਾ ਲਾਈਫ ਸਟਾਈਲ ਮੋਡੀਫਿਕੇਸ਼ਨ, ਜਾਂ ਕੋਈ ਜੋ ਸ਼ਰਾਬ ਪੀਂਦਾ ਉਹਨਾਂ ਨੂੰ ਕਹਿ ਦੇਣਾ ਵੀ ਭਾਈ ਤੁਸੀਂ ਸ਼ਰਾਬ ਨਹੀਂ ਪੀਣੀ ਅੱਗੇ ਵਾਸਤੇ। ਠੀਕ ਹੈ। ਹਾਂਜੀ ਸਰ। ਤਾਂ ਫੈਟੀ ਲੀਵਰ ਤਾਂ 2 ਤਰ੍ਹਾਂ ਦੇ ਹੁੰਦੇ, ਇੱਕ ਤਾਂ ਸ਼ਰਾਬ ਵਾਲਾ ਅਲਕੋਹਲਿਕ, ਇੱਕ ਨੋਨ ਅਲਕੋਹਲਿਕ ਫੈਟੀ ਲੀਵਰ ਵੀ ਹੁੰਦੇ ਆ। ਜੋ ਅਲਕੋਹਲਿਕ ਹੈਗੇ ਉਹ ਸ਼ਰਾਬ ਛੱਡਣ ਤੋਂ ਕਾਫੀ ਫਰਕ ਪੈ ਜਾਂਦਾ ਹੈ। ਨੋਨ ਅਲਕੋਹਲਿਕ ਵਿੱਚ ਉਹਨਾਂ ਨੂੰ ਲਾਈਫ ਸਟਾਈਲ ਚੇਂਜਸ, ਖਾਣਾ ਪੀਣਾ, ਸਾਰਾ ਕੁਛ ਹੀ ਉਹ ਚੇਂਜ ਕਰਨਾ ਪੈਂਦਾ ਹੈ ਕਾਫੀ। ਠੀਕ ਹੈ। ਹਾਂਜੀ ਸਰ। ਬੇਸਿਕਲੀ ਜੋ ਡਾਕਟਰ ਨੇ ਦੱਸਿਆ ਬੇਸਿਕਲੀ ਜਿਵੇਂ ਇਹ ਲਿਵਰ ਜਿਹੜਾ ਇੱਕ ਇੱਦਾਂ ਦੀ ਚੀਜ਼ ਹੈ ਜਿਹਦਾ ਆਪਾਂ ਨੂੰ ਕਾਫੀ ਹੱਦ ਤੱਕ ਪਹਿਲੇ ਪਤਾ ਲੱਗ ਜਾਂਦਾ। ਇਹ ਜਿਹੜੇ ਸਕੈਨ ਹੈ, ਕਿਉਂਕਿ ਆਮ ਕੁਛ ਤਾਂ ਡਾਕਟਰਾਂ ਨੂੰ ਵੀ ਨਹੀਂ ਪਤਾ ਹੁੰਦਾ, ਕੁਛ ਆਮ ਪਬਲਿਕ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹ ਕਿਸ ਤਰ੍ਹਾਂ ਕਰਾਉਣੇ ਆ ਅਤੇ ਕਿੱਥੇ ਜ਼ਰੂਰਤ ਹੈ। ਕਿਉਂਕਿ ਜਿਹਨਾਂ ਦਾ ਪੇਟ ਭਾਰੀ ਰਹਿੰਦਾ ਹੈ ਜਾਂ ਜਿਹਨਾਂ ਦਾ ਲਿਵਰ ਇਲਾਜ ਰਹਿੰਦਾ ਜਾਂ ਜਿਹਨਾਂ ਦਾ ਪੀਲੀਆ ਜਲਦੀ ਜਲਦੀ ਹੋ ਜਾਂਦਾ, ਕਈਆਂ ਨੂੰ ਹੋ ਜਾਂਦਾ ਫਿਰ ਹੋ ਜਾਂਦਾ, ਜਾਂ ਥੋੜ੍ਹਾ ਜਿਹਾ ਉਹਨਾਂ ਨੂੰ ਸੀਰਮ ਬਲੂਰਮ ਵਧਿਆ ਹੀ ਰਹਿੰਦਾ ਆਮ ਤੌਰ 'ਤੇ, ਜਾਂ ਉਹਨਾਂ ਦੇ ਸੈੱਲ ਘੱਟਦੇ ਰਹਿੰਦੇ ਆਮ ਤੌਰ 'ਤੇ, ਕਿਉਂਕਿ ਉਹਨਾਂ ਨੂੰ ਇਹ ਪ੍ਰੋਬਲਮ ਦੀ ਪੋਸੀਬਿਲਿਟੀ ਜ਼ਿਆਦਾ ਹੁੰਦੀ, ਉਹਨਾਂ ਨੂੰ ਇਹ ਸਕੈਨ ਇਲਾਸਟੋਗ੍ਰਾਫੀ ਜਾਂ ਫਾਈਬਰ ਸਕੈਨ ਕਰਾਉਣਾ ਚਾਹੀਦਾ। ਇਹ ਸਰ ਦੋਨੇ ਸੇਮ ਹੁੰਦੇ ਆ ਜਾਂ ਕੋਈ ਇਹਦੇ 'ਚ ਫਰਕ ਵੀ ਹੁੰਦਾ? ਨਹੀਂ ਸਰ, ਫਾਈਬਰੋਸਕੈਨ ਡਿਫਰੈਂਟ ਹੈ, ਉਹਦੀ ਮਸ਼ੀਨ ਉਹ ਫਾਈਬਰੋਸਕੈਨ ਬ੍ਰਾਂਡ ਹੀ ਹੈਗਾ ਉਸ ਮਸ਼ੀਨ ਦਾ। ਠੀਕ ਹੈ ਸਰ। ਅਤੇ ਉਹ ਥੋੜ੍ਹਾ ਉੱਪਰ ਰੱਖ ਕੇ ਦੇਖਦੇ ਆ, ਜਿੱਦਾਂ ਸੁਪਰਫੀਸ਼ੀਅਲ 'ਤੇ ਆ ਜਾਂਦਾ, ਥੋੜ੍ਹਾ ਬਲਾਈਂਡ ਹੁੰਦਾ। ਇਲਾਸਟੋ ਵਿੱਚ ਆਪਾਂ ਪੇਸ਼ੈਂਟ ਨੂੰ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਅਤੇ ਸਾਨੂੰ ਪਤਾ ਅਸੀਂ ਕਿਸ ਏਰੀਆ ਤੋਂ ਸੈਂਪਲ ਲੈ ਰਹੇ ਹਾਂ, ਸਪੈਸੀਫਿਕ ਏਰੀਆ ਤੋਂ। ਠੀਕ ਹੈ, ਮਤਲਬ ਬਰੀਕੀ 'ਚ ਪਤਾ ਲੱਗ ਜਾਂਦਾ। ਹਾਂਜੀ, ਥੋੜ੍ਹਾ ਅਸੀਂ ਲਾਈਵ ਵੀ ਦੇਖ ਰਹੇ ਹਾਂ। ਠੀਕ ਹੈ ਸਰ। ਅਤੇ ਉਹਦੇ ਵਿੱਚ ਸਾਨੂੰ ਸੈਂਪਲ ਕਿੱਥੇ ਲੈਣੇ ਹੈ, ਕੀ ਹੈਗਾ ਹੈ, ਆਪਾਂ ਸਿਲੈਕਟਡ ਏਰੀਆ ਡਿਜ਼ਾਈਨ ਕਰ ਸਕਦੇ ਵੀ ਇਹ ਏਰੀਆ ਤੋਂ ਲੈਣਾ ਹੈ, ਜੋ ਜੋ ਰਿਕੁਆਇਰਮੈਂਟ ਹੁੰਦੀ ਹੈ ਸੈਂਪਲ ਲੈਣ ਦੀ। ਠੀਕ ਹੈ। ਅਤੇ ਉਹ ਏਰੀਆ ਤੋਂ ਆਪਾਂ ਲੈ ਕੇ ਸਾਨੂੰ ਫਿਰ ਸ਼ਿਓਰਿਟੀ ਮਿਲ ਜਾਂਦੀ ਹੈ ਕਿ ਹਾਂ ਠੀਕ ਹੋ ਗਿਆ ਸਕੈਨ, ਹਾਂ ਜੋ ਵੈਲਿਊ ਆਈ ਹੈ ਆਪਣੀ ਅਤੇ ਉਹ ਵੈਲਿਊ ਠੀਕ ਹੈਗੀ। ਠੀਕ ਹੈ। ਅਤੇ ਬਾਕੀ ਜਿਵੇਂ ਡਾਕਟਰ ਨੇ ਦੱਸਿਆ ਲਿਵਰ ਦੇ ਬਾਰੇ, ਬੇਸਿਕਲੀ ਕੀ ਹੈ, ਆਪਾਂ ਨੂੰ ਖਾਣ 'ਚ ਵੀ ਥੋੜ੍ਹਾ ਜਿਹਾ ਸਾਰਿਆਂ ਨੂੰ ਮੈਂ ਰਿਕੁਐਸਟ ਕਰਾਂਗਾ
ਅਤੇ ਥੋੜ੍ਹਾ ਥੋੜ੍ਹਾ ਜਿਵੇਂ ਅੱਜ ਕੱਲ੍ਹ ਜਿਵੇਂ ਬਰਸਾਤ ਹੈ ਜਾਂ ਅੱਜ ਕੱਲ੍ਹ ਮੌਸਮ ਜਿਹੜਾ ਹਿਊਮਿਡਿਟੀ ਜ਼ਿਆਦਾ ਹੁੰਦੀ ਹੈ, ਇਹਦੇ ਵਿੱਚ ਆਯੁਰਵੇਦਾ 'ਚ ਵੀ ਇਹੀ ਕਹਿੰਦੇ ਆ ਵੀ ਆਪਾਂ ਨੂੰ ਖਾਣਾ ਥੋੜ੍ਹਾ ਜਿਹਾ ਘੱਟ ਖਾਣਾ ਚਾਹੀਦਾ, ਸ਼ਾਮ ਨੂੰ ਖਾਣਾ ਨਹੀਂ ਖਾਣਾ ਚਾਹੀਦਾ, ਰੂਟੀਨ 'ਚ ਸਵੇਰੇ ਵੀ ਦਿਨੇ ਵੀ ਥੋੜ੍ਹਾ ਜਿਹਾ ਭੁੱਖ ਰੱਖ ਕੇ ਖਾਣਾ ਖਾਣਾ, ਦਹੀਂ ਅਤੇ ਲੱਸੀ ਦਾ ਇਸਤੇਮਾਲ ਸਵੇਰੇ ਸਵੇਰੇ ਥੋੜ੍ਹਾ ਬਹੁਤ ਕਰ ਲਿਆ ਕਰੋ, ਸ਼ਾਮ ਨੂੰ ਅਤੇ ਦੁਪਹਿਰ ਨੂੰ ਬਿਲਕੁਲ ਨਹੀਂ ਕਰਨਾ। ਅਤੇ ਤੀਜਾ ਨੰਬਰ, ਜਿੰਨਾ ਘੱਟ ਖਾਓਗੇ ਬਰਸਾਤ ਦੇ ਦਿਨਾਂ ਦੇ ਵਿੱਚ ਜਾਂ ਮਤਲਬ ਕਿ ਹਿਊਮਿਡਿਟੀ ਦੇ ਟਾਈਮ, ਉਨਾ ਤੁਸੀਂ ਜ਼ਿਆਦਾ ਸੁਖੀ ਰਹੋਗੇ, ਕਿਉਂਕਿ ਜ਼ਿਆਦਾ ਖਾਣ ਨਾਲ ਇਹ ਡਿਜ਼ੀਜ਼ ਜ਼ਿਆਦਾ ਹੁੰਦੀਆਂ ਅਤੇ ਲਿਵਰ ਦੀ ਪ੍ਰੋਬਲਮ ਜਾਂ ਕੋਈ ਹੋਰ ਕਾਰਡਿਕ ਪ੍ਰੋਬਲਮ ਆ, ਇਹ ਜ਼ਿਆਦਾ ਕਰਕੇ ਖਾਣ ਪੀਣ ਵਾਲੀ ਹੁੰਦੀ ਹੈ। ਬਾਕੀ ਵੀ ਤੁਹਾਨੂੰ ਅਸੀਂ ਜਾਣਕਾਰੀ ਐਵੇਂ ਦਿੰਦੇ ਰਹਾਂਗੇ। ਥੈਂਕ ਯੂ।